ਸਤਿ ਸ਼੍ਰੀ ਅਕਾਲ, ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਮੀ ਟੂ ਵਿਵਾਦ ਤੇ ਚਰਨਜੀਤ ਚੰਨੀ ਨੇ ਦਿੱਤੀ ਸਫਾਈ, ਕਿਹਾ ਅਕਾਲੀ ਦਲ ਨੇ ਦਿੱਤੀ ਮਾਮਲੇ ਨੂੰ ਹਵਾ। 2019 ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਐਲਾਨੇ 5 ਉਮੀਦਵਾਰ। ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੰਭਾਲੀ ਸੇਵਾ। ਪਟਿਆਲਾ ਪੁਲਿਸ ਨੇ ਜਾਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਦਾ ਕੀਤਾ ਪਰਦਾਫਾਸ਼ ਤੇ ਮਾਲੇਗਾਓਂ ਧਮਾਕਾ ਮਾਮਲੇ ਵਿੱਚ ਕਰਨਲ ਪੁਰੋਹਿਤ ਸਣੇ 7 ਦੋਸ਼ੀਆਂ ਖਿਲਾਫ ਦੋਸ਼ ਤੈਅ। ਤੇ ਹੁਣ ਖਬਰਾਂ ਵਿਸਥਾਰ ਨਾਲ। ਮੀ ਟੂ ਮੁਹਿੰਮ ਕਾਰਨ ਵਿਵਾਦਾਂ ਵਿੱਚ ਘਿਰੇ ਪੰਜਾਬ ਕੈਬਨਿਟ ਮੰਤਰੀ ਨੇ ਇਸ ਮਾਮਲੇ ਤੇ ਆਪਣੀ ਚੁੱਪ ਤੋੜੀ ਏ। ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਉਹਨਾਂ ਵੱਲੋਂ ਮਹਿਲਾ ਅਧਿਕਾਰੀ ਨੂੰ ਗਲਤੀ ਨਾਲ ਮੈਸੇਜ ਸ਼ੇਅਰ ਹੋ ਗਿਆ ਸੀ ਅਤੇ ਇਸ ਬਾਰੇ ਉਹਨਾਂ ਵੱਲੋਂ ਅਧਿਕਾਰੀ ਤੋਂ ਮਾਫ਼ੀ ਮੰਗ ਲਈ ਗਈ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਮਾਮਲੇ ਨੂੰ ਜਾਣ ਬੁੱਝ ਕੇ ਤੂਲ ਦਿੱਤਾ ਜਾ ਰਿਹਾ ਏ, ਕਿਉਂਕਿ ਉਹ ਹਮੇਸ਼ਾ ਬਰਗਾੜੀ ਕਾਂਡ ਅਤੇ ਬੇਅਦਬੀ ਘਟਨਾਵਾਂ ਬਾਰੇ ਆਵਾਜ਼ ਉਠਾਉਂਦੇ ਰਹੇ ਹਨ। ਆਮ ਆਦਮੀ ਪਾਰਟੀ ਨੇ ਪਹਿਲਕਦਮੀ ਕਰਦਿਆਂ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਪਣੇ 5 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਏ। ਇਹਨਾਂ ਵਿੱਚ ਮੌਜੂਦਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਸੰਗਰੂਰ ਤੋਂ ਦੁਬਾਰਾ ਉਮੀਦਵਾਰ ਐਲਾਨਿਆ ਗਿਆ ਏ। ਇਸੇ ਤਰ੍ਹਾਂ ਪ੍ਰੋਫੈਸਰ ਸਾਧੂ ਸਿੰਘ ਨੂੰ ਫਰੀਦਕੋਟ ਤੋਂ, ਕੁਲਦੀਪ ਸਿੰਘ ਧਾਲੀਵਾਲ ਨੂੰ ਅੰਮ੍ਰਿਤਸਰ ਤੋਂ, ਡਾਕਟਰ ਅਵਜੋਤ ਸਿੰਘ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਐਲਾਨਿਆ ਗਿਆ ਏ। ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਖਜ਼ਾਨਚੀ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਉਮੀਦਵਾਰ ਐਲਾਨਿਆ ਗਿਆ ਏ। ਇਹ ਐਲਾਨ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਕੀਤਾ ਗਿਆ। 5 ਉਮੀਦਵਾਰ ਲੋਕ ਸਭਾ ਲਈ ਕੋਰ ਕਮੇਟੀ ਨੇ ਫਾਈਨਲ ਕੀਤੇ ਸੀ ਪਿਛਲੇ 2-3 ਮੀਟਿੰਗਾਂ ਦੇ ਵਿੱਚ। ਉਹਨਾਂ ਦੀ PAC ਤੋਂ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਅਸੀਂ ਅਨਾਊਂਸ ਕਰ ਰਹੇ ਹਾਂ। ਨੰਬਰ 1 ਸਰਦਾਰ ਭਗਵੰਤ ਸਿੰਘ ਮਾਨ, ਸਿਟਿੰਗ MP ਹਲਕਾ ਸੰਗਰੂਰ, ਕਿਉਂਕਿ ਸਿਟਿੰਗ ਨੇ 5,33,237 ਵੋਟਾਂ ਲਈਆਂ ਸੀਆਂ ਔਰ ਬਹੁਤ ਵੱਡੇ ਮਾਰਜਨ 'ਤੇ ਜਿੱਤੇ ਸੀ, 2,11,721 ਦੇ ਨਾਲ। ਦੂਜਾ ਉਮੀਦਵਾਰ ਪ੍ਰੋਫੈਸਰ ਸਾਧੂ ਸਿੰਘ ਫਰੀਦਕੋਟ ਹਲਕੇ ਤੋਂ, ਸਿਟਿੰਗ MP ਨੇ 4,50,751 ਵੋਟਾਂ ਲਈਆਂ ਸੀਆਂ, 1,72,522 ਦੇ ਮਾਰਜਨ ਨਾਲ ਜਿੱਤੇ ਸੀਗੇ ਇਹ ਦੋ ਸਾਡੇ ਸਿਟਿੰਗ MP ਨੇ। ਤੀਸਰਾ ਉਮੀਦਵਾਰ ਹਲਕਾ ਹੁਸ਼ਿਆਰਪੁਰ ਡਾਕਟਰ ਰਵਜੋਤ ਸਿੰਘ MD ਡਾਕਟਰ ਨੇ, ਇਹ ਸਾਡੇ ਜ਼ੋਨ ਪ੍ਰੈਜ਼ੀਡੈਂਟ ਨੇ ਇਸ ਵਕਤ ਟੋਟਲ ਦੁਆਬੇ ਦੇ, ਔਰ ਫਰਵਰੀ 2017 ਦੇ ਵਿੱਚ ਇਹ ਹਲਕਾ ਸ਼ਾਮ 84 ਤੋਂ 42,797 ਵੋਟਾਂ ਦੇ ਨਾਲ ਲਈਆਂ ਸੀਆਂ, ਥੋੜ੍ਹੇ ਜਿਹੇ ਮਾਰਜਨ 'ਤੇ ਰਹਿ ਗਏ ਸੀਗੇ। ਚੌਥਾ ਉਮੀਦਵਾਰ ਹੈ ਅੰਮ੍ਰਿਤਸਰ, ਸ਼੍ਰੀ ਅੰਮ੍ਰਿਤਸਰ ਸਾਹਿਬ ਸੀਟ ਤੋਂ ਕੁਲਦੀਪ ਸਿੰਘ ਧਾਲੀਵਾਲ, ਇਹ ਇਸ ਵਕਤ ਮਾਝਾ ਜ਼ੋਨ ਦੇ ਜ਼ੋਨ ਪ੍ਰੈਜ਼ੀਡੈਂਟ ਨੇ। ਪੰਜਵਾਂ ਉਮੀਦਵਾਰ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨਰਿੰਦਰ ਸਿੰਘ ਸ਼ੇਰਗਿੱਲ, ਇਹ ਫਾਈਨਾਂਸ ਕਮੇਟੀ ਦੇ ਸਾਡੇ ਚੇਅਰਮੈਨ ਨੇ ਪ੍ਰੈਜ਼ੀਡੈਂਟ, ਅਤੇ ਮੋਹਾਲੀ ਤੋਂ 2017 ਦੇ ਵਿੱਚ ਇਹਨਾਂ ਨੇ ਇਲੈਕਸ਼ਨ ਲੜੀ ਸੀ। ਅਤੇ ਇਹ ਸਾਰੇ ਜਿਹੜੇ 2 ਸਿਟਿੰਗ ਹੈ ਮੈਂਬਰ ਪਾਰਲੀਮੈਂਟਸ ਔਰ 3 ਸਾਡੇ ਹੋਰ ਵਲੰਟੀਅਰ ਜਿਹੜੇ ਕਿ ਪਾਰਟੀ ਦੇ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲ ਲਈ ਏ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਭਰੋਸਾ ਦਵਾਇਆ ਕਿ ਪੰਥਕ ਮਸਲਿਆਂ ਅਤੇ ਵਿਚਾਰਾਂ ਲਈ ਸਾਰਿਆਂ ਦੀ ਰਾਏ ਲਈ ਜਾਵੇਗੀ ਅਤੇ ਸਭ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ। ਗਿਆਨੀ ਹਰਪ੍ਰੀਤ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਕੰਮ ਵੀ ਨਾਲ ਹੀ ਵੇਖਣਗੇ। ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਹੋ ਕੇ ਸਤਿਗੁਰੂ ਕੇ ਅਰਦਾਸ ਕੀਤੀ ਹੈ ਕਿ ਜੋ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ ਸੰਭਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤੀ ਗਈ ਹੈ ਔਰ ਸਿੱਖ ਪੰਥ ਨੇ ਸਾਰਿਆਂ ਨੇ ਚੜ੍ਹਦੀ ਕਲਾ ਦਾ ਜਿਹੜਾ ਇਹਨਾਂ ਵਾਸਤੇ ਅਰਦਾਸਾਂ ਕੀਤੀਆਂ ਨੇ। ਮੈਨੂੰ ਬਹੁਤ ਵੱਡੀ ਆਸ ਹੈ ਕਿ ਬਹੁਤ ਇਹ ਧਾਰਮਿਕ ਵਿਅਕਤੀ ਨੇ, ਪੜ੍ਹੇ ਲਿਖੇ ਨੇ, ਵਿਦਵਾਨ ਨੇ, ਕਿ ਉਹ ਸਿੱਖ ਪੰਥ ਦੀ ਇੱਕ ਬੜੀ ਵਧੀਆ ਅਗਵਾਈ ਕਰਨਗੇ। ਸਤਿਗੁਰੂ ਮਹਾਰਾਜ ਇਹਨਾਂ ਤੋਂ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸੁਚੱਜੇ ਫੈਸਲੇ ਕਰਾਏਗਾ।
ਮੰਗਾਂ ਕੀਤੀਆਂ ਜਾਂਦੀਆਂ ਰਹੀਆਂ। ਸਾਬਕਾ ਜਥੇਦਾਰ ਸਾਹਿਬ ਵਾਸਤੇ ਜਿਹੜਾ ਕਿਹਾ ਜਾਂਦਾ ਸੀ ਉਹ ਜਿਹੜੀ ਦਰਪੇਸ਼ ਮੁਸ਼ਕਿਲਾਂ ਉਹ ਹੋ ਲਿਆ। ਅੱਜ ਸਿਰਫ ਅਸੀਂ ਸਾਰੀ ਸੰਗਤ ਇਹਨਾਂ ਨੂੰ ਵਧਾਈਆਂ ਦੇਣ ਵਾਸਤੇ ਇੱਥੇ ਪਹੁੰਚੀ ਹੈ। ਇੱਕ ਅਸੀਂ ਕੱਲ੍ਹ ਜਿਹੜਾ ਇਤਿਹਾਸ ਦੀ ਕਿਤਾਬ ਬਾਰੇ ਤੁਸੀਂ ਕਿਹਾ ਸੀ ਉਹਦੀ ਉਹਨਾਂ ਨੇ ਪੁਰਾਣੀ ਹੀ ਕਰਤੀ ਹੈ ਉਹਦੇ ਬਣ ਗਈ, ਕਿਉਂਕਿ ਸਾਡੀ ਪਹਿਲਾਂ ਵੀ ਇਹ ਮੰਗ ਰਹੀ ਸੀ ਕਿ 11ਵੀਂ 12ਵੀਂ ਦੇ ਵਿੱਚ ਜੋ ਸਿਲੇਬਸ ਸਿੱਖ ਇਤਿਹਾਸ ਦਾ ਸੀ ਔਰ ਉਹ ਲਾਇਆ ਜਾਵੇ। ਇਹਨਾਂ ਨੇ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ। ਅਸੀਂ ਸੰਘਰਸ਼ ਕਰ ਰਹੇ ਸੀ, ਅਸੀਂ ਮੀਟਿੰਗਾਂ ਕੀਤੀਆਂ ਸੀ। ਮੈਂ ਸਮਝਦਾ ਸਾਡੀ ਜਿਹੜੀ ਉਹ ਜਿਹੜਾ ਸੰਘਰਸ਼ ਹੈ ਸਾਡਾ, ਅਸੀਂ ਜੋ ਗੱਲ ਕਹੀ ਆ ਉਹ ਰੰਗ ਲਿਆਈ ਆ। ਅੱਜ ਸਰਕਾਰ ਨੇ ਫੈਸਲਾ ਕੀਤਾ ਕਿ ਪੁਰਾਣਾ ਸਿਲੇਬਸ ਸੀ ਜਿਹੜਾ 11ਵੀਂ 12ਵੀਂ ਚਲਾ ਜਾਵੇ। ਪਟਿਆਲਾ ਪੁਲਿਸ ਤੇ CIA ਸਟਾਫ ਸਮਾਣਾ ਨੇ ਸਾਂਝੀ ਮੁਹਿੰਮ ਦੌਰਾਨ ਥਾਣਾ ਘੱਗਾ ਦੇ ਪਿੰਡ ਦੇਦਨਾ ਦੇ ਖੇਤਾਂ ਵਿੱਚ ਸਥਿਤ ਇੱਕ ਘਰ ਵਿੱਚੋਂ ਨਜਾਇਜ਼ ਢੰਗ ਨਾਲ ਜਾਲੀ ਸ਼ਰਾਬ ਬਣਾਉਣ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਛਾਪੇਮਾਰੀ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਵਿੱਚ ਜਾਲੀ ਸ਼ਰਾਬ ਦੀ ਖੇਪ ਸਮੇਤ ਸ਼ਰਾਬ ਤਿਆਰ ਕਰਨ ਵਾਲੇ ਕੈਮੀਕਲ, ਬੋਤਲਾਂ ਦੇ ਢੱਕਣ, 2 ਡਰੰਮ, ਕੱਚ ਦੀ ਪੈਮਾਨਾ ਸੁਰਾਹੀ, ਖਾਲੀ ਬੋਤਲਾਂ, ਅਸਲੀ ਮੋਟਾ ਸੰਤਰਾ ਗੋਲਡ ਦਾ ਜਾਲੀ ਮਾਰਕਾ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਥਾਣਾ ਘੱਗਾ ਵਿਖੇ ਰਘੁਬੀਰ ਸਿੰਘ ਅਤੇ ਅਮਰੀਕ ਸਿੰਘ, ਜੋ ਕਿ ਰਿਸ਼ਤੇ ਵਿੱਚ ਪਿਤਾ ਪੁੱਤਰ ਹਨ, ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਹਨਾਂ ਵਿੱਚੋਂ ਰਘੁਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਉਸਦਾ ਪੁੱਤਰ ਫਰਾਰ ਹੈ। ਸਾਨੂੰ ਪਟਿਆਲਾ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਦੇਦਨਾ ਪਿੰਡ ਥਾਣਾ ਘੱਗੇ ਵਿਖੇ ਇੱਕ ਨਜਾਇਜ਼ ਢੰਗ ਨਾਲ ਸ਼ਰਾਬ ਜਿਹੜੀ ਬਣਾਈ ਜਾ ਰਹੀ ਹੈ, ਜਿਹੜੀ ਉਹਨੂੰ ਕਹਿ ਦਿਓ ਵੀ ਇੱਥੇ ਪੈਕਿੰਗ ਕੀਤੀ ਜਾ ਰਹੀ ਹੈ ਅਤੇ ਉਹਦੇ ਵਿੱਚ ਉਹਨੂੰ ਭਰ ਕੇ ਅੱਗੇ ਸਪਲਾਈ ਕੀਤਾ ਜਾ ਰਿਹਾ। ਉਹਦੇ 'ਚ ਅਸੀਂ ਅੱਜ ਇੱਥੇ ਰੇਡ ਕੀਤਾ। CIA ਸਮਾਣਾ ਇੰਸਪੈਕਟਰ ਵਿਜੇ ਕੁਮਾਰ ਦੀ ਅਗਵਾਈ 'ਚ ਅਸੀਂ ਇੱਥੇ ਰੇਡ ਕੀਤਾ। ਰੇਡ ਕਰਨ ਤੋਂ ਬਾਅਦ ਕਰੀਬ ਇੱਥੇ ਸਾਨੂੰ ਜਿਹੜੀ ਬਣੀ ਵੀ ਹੈ 91 ਪੇਟੀਆਂ ਮੋਟਾ ਸੰਤਰਾ ਨਾਂ ਦਾ ਬ੍ਰਾਂਡ ਇੱਥੇ ਤਿਆਰ ਕੀਤਾ ਜਾ ਰਿਹਾ ਸੀ ਜਾਲੀ, 91 ਪੇਟੀਆਂ ਜਿਹੜੀਆਂ ਉਹ ਤਾਂ ਬਣੀਆਂ ਮਿਲ ਗਈਆਂ। ਉਦੋਂ ਬਾਅਦ ਕੋਈ 10,000 ਦੇ ਕਰੀਬ ਹੈ ਬੋਟਲ ਦਾ ਜਿਹੜੀਆਂ ਖਾਲੀ ਉਹਨੂੰ ਮਿਲ ਗਈਆਂ ਅਤੇ 1,00,000 ਦੇ ਕਰੀਬ ਹੈਗੇ ਆ ਜਿਹੜੇ ਉਹ ਜਿਹੜੇ ਇਹਨਾਂ ਦੇ ਕੈਪਸ ਹੈ ਬੋਟਲ ਦੇ ਉੱਤੇ ਅਤੇ ਪਲੱਸ ਜਿਹੜੇ ਐਕਸਾਈਜ਼ ਦੇ ਸਟਿੱਕਰਸ ਲੱਗਦੇ ਆ ਉਹ ਇੱਥੋਂ ਰਿਕਵਰ ਹੋਏ ਆ। ਅਸੀਂ ਇਹਦੇ ਵਿੱਚ ਇਹਨੂੰ ਇਹ ਯੂਨਿਟ ਦੇ ਵਿੱਚ ਇਹਦੇ ਪਰਚਾ ਦਰਜ ਕਰਾ ਰਹੇ ਹਾਂ ਅਤੇ ਉਦੋਂ ਬਾਅਦ ਅੱਗੇ ਕਾਰਵਾਈ ਕਰਾਂਗੇ। ਜਿਵੇਂ ਕਿ ਪਹਿਲਾਂ ਮਿਲਾਵਟਖੋਰ ਦੇ ਖਿਲਾਫ਼ ਕਾਰਵਾਈ ਕੀਤੀ ਗਈ, ਇਵੇਂ ਦਿਵਾਲੀ ਦਾ ਤਿਉਹਾਰ ਆ ਰਿਹਾ ਸੀ ਇਹਦੇ ਵਿੱਚ ਇਹਨਾਂ ਦੀ, ਕਿਉਂਕਿ ਇਹਦੀ ਸ਼ਰਾਬ ਦੀ ਖਪਤ ਵੱਧ ਜਾਂਦੀ ਹੈ ਅਤੇ ਇਹ ਲੱਗਦਾ ਹੁਣ ਇਸ ਵੱਡੇ ਪੱਧਰ 'ਤੇ ਇਹਨੂੰ ਕਰ ਰਿਹਾ। ਹੁਣ ਇਹ ਤਫਤੀਸ਼ ਦਾ ਮੈਟਰ ਹੈ ਜਿਹੜਾ ਇਹ ਪਤਾ ਲੱਗ ਗਿਆ ਵੀ ਤੁਸੀਂ ਜਿਵੇਂ ਦੇਖਿਆ ਵੀ ਬਹੁਤ ਪਾਸੇ ਜਾ ਕੇ ਖੇਤਾਂ ਦੇ ਵਿੱਚ ਇਹ ਯੂਨਿਟ ਬਣਿਆ ਹੋਇਆ, ਇੱਥੋਂ ਕਿੰਨੇ ਚਿਰ ਤੋਂ ਇਹ ਇਸ ਗੱਲ ਦੇ ਵਿੱਚ ਜਿਹੜੀ ਇਹ ਨਜਾਇਜ਼ ਸ਼ਰਾਬ ਮੈਨੂਫੈਕਚਰ ਕਰ ਰਹੇ ਸੀ। ਅਸੀਂ ਐਕਸਾਈਜ਼ ਡਿਪਾਰਟਮੈਂਟ ਨੂੰ ਇਨਫੋਰਮ ਕਰਤਾ, AIG ਐਕਸਾਈਜ਼ ਆ ਉਹ ਵੀ ਇੱਥੇ ਪਹੁੰਚ ਗਏ ਆ ਇਹ ਇਨਫੋਰਮੇਸ਼ਨ ਤੋਂ ਬਾਅਦ, ਅਤੇ ਉਹ ਕੰਸਰਨਡ ਅਧਿਕਾਰੀਆਂ ਨਾਲ ਵੀ ਅਸੀਂ ਐਕਸਾਈਜ਼ ਦਿਆਂ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਵੀ ਸੂਚਿਤ ਕਰਾਂਗੇ। ਪਰਚਾ ਦਰਜ ਕਰਕੇ ਉਹਦੇ ਵਿੱਚ ਜਿਹੜਾ ਇਹਦਾ ਮੁੱਖ ਸਰਗਣਾ ਅਮਰੀਕ ਹੈ ਜਿਹੜਾ ਉਹ ਭਗੌੜਾ, ਪਰ ਉਹਦਾ ਫਾਦਰ ਜਿਹੜਾ ਹੈਗਾ ਰਘਬੀਰ ਸਿੰਘ ਫਾਦਰ ਇਹਦਾ ਇਸ ਯੂਨਿਟ ਦੇ ਵਿੱਚ ਉਹਨੂੰ ਸਾਨੂੰ ਇੱਥੇ ਹਾਜ਼ਰ ਮਿਲਿਆ ਅਤੇ ਅੱਗੇ ਅਸੀਂ ਇਹਦੀ ਤਫਤੀਸ਼ ਕਰ ਰਹੇ ਹਾਂ। ਸਾਲ 2008 ਦੇ ਮਾਲੇਗਾਂ ਬਲਾਸਟ ਮਾਮਲੇ ਵਿੱਚ ਕਰਨਲ ਪੁਰੋਹਿਤ ਅਤੇ ਸਾਧਵੀ ਪ੍ਰਗਿਆ ਸਮੇਤ ਸਾਰੇ ਦੋਸ਼ੀਆਂ ਅਤੇ 7 ਦੋਸ਼ੀਆਂ 'ਤੇ ਅੱਤਵਾਦੀ ਸਾਜ਼ਿਸ਼ ਰਚਨ ਦੇ ਦੋਸ਼ ਤੈਅ ਕੀਤੇ ਗਏ ਹਨ। NIA ਦੀ ਅਦਾਲਤ ਵੱਲੋਂ ਦੋਸ਼ੀਆਂ 'ਤੇ ਹੱਤਿਆ ਅਤੇ ਹੋਰ ਸੰਬੰਧੀ ਦੋਸ਼ ਤੈਅ ਕੀਤੇ ਗਏ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਬੰਬੇ ਹਾਈ ਕੋਰਟ ਨੇ ਕਰਨਲ ਪੁਰੋਹਿਤ ਦੀ ਉਹਨਾਂ ਖਿਲਾਫ਼ ਦੋਸ਼ ਤੈਅ ਕਰਨ ਦੀ ਪ੍ਰਕਿਰਿਆ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਵਿੱਚ ਹੁਣ ਇਸ ਮਾਮਲੇ ਦੀ ਸੁਣਵਾਈ 2 ਨਵੰਬਰ ਨੂੰ ਹੋਵੇਗੀ। मुझे NIA ने क्लीन चिट दी है, जांच एजेंसी ने क्लीन चिट दी है, वो भी कई वर्षों की जांच के बाद। उसके पश्चात आज मेरे ऊपर चार्ज फ्रेम कर दिया है। ये कानून का खेल है और लोग खेल रहे हैं। मैं तो शांतिपूर्वक देख रही हूँ, मेरा संघर्ष निरंतर रहेगा, मेरी विजय होगी, क्योंकि मैं सत्य हूँ, धर्म पर हूँ। सत्य की विजय होगी, धर्म की विजय होगी। और मैं ये देख रही हूँ कि कांग्रेस के द्वारा स्थापित किया जा रहा है ये षड्यंत्र आज कितनी मुश्किल में हम लोगों को डाल रहा है, देशवासियों को डाल रहा है, हिंदुओं को डाल रहा है और धर्मावलंबियों को डाल रहा है। ये कांग्रेस का षड्यंत्र है और ये कांग्रेस का षड्यंत्र विफल होगा, ये निश्चित है। हमारी लड़ाई निरंतर है, हम संघर्षरत रहेंगे और हमारी विजय होगी। जय हिंदू राष्ट्र। ATS और NIA की चार्जशीट में जो मतभेद थे उसका एक तरीके से देखा जाए तो उसमें असर दिख रहा है। ATS की चार्जशीट में आपके ऊपर जो आरोप थे उसमें से कुछ आरोप कोई भी जांच एजेंसी हो भाई, ATS ने हमें जबरदस्ती गैरकानूनी सब काम ATS ने गैरकानूनी किए हैं और वो सिद्ध भी हुए हैं। आप लोगों को भी जानकारी है इस बात की। अब
जब जांच अन्य जांच एजेंसी को दी गई है, उसने मुझे क्लीन चिट दिया है, तो निश्चित रूप से हम उसमें विजयी हुए हैं, आगे भी होंगे। 19 अक्टूबर दुसहरे वाले दिन अमृतसर विच वापरे रेल हादसे की चल रही मैजिस्ट्रेट जांच विच शामिल होने लई दुसहरा कमेटी के मुख आयोजक सौरभ मदान मिठू अपने बयान दर्ज कराने लई परिवार समेत जांच अधिकार कोल पहुंचे हन। इस दौरान उन्होंने कोल करीब 4 घंटे तक पुछगिछ की गई। डिवीजन कमिश्नर वालों उन्होंने बयान दर्ज किए गए हैं। सारी पुछगिछ ए तो लेके जेड तक उन्होंने साहब ने पूछा है, तो आप जो है सब कुछ दसता है, जोड़े प्रूफ वो भी दसते हैं, जड़ी जो कुछ सच्चाई है सब कुछ सारे दसती है सर। ऐसा सब कुछ पूछा उन्होंने, ए तो लेके जेड तक सब कुछ पूछा, हर चीज़ पूछी है, मतलब हर चीज़ पूछी है, मतलब हर चीज़ सब कुछ पूछा भाजी, सब कुछ पूछा भाजी। पूछा है, पता लग रहा है कि तुम्हारे फैमिली वाले ने भी पूछा गया कि उन्होंने की बयान हुए? नहीं नहीं, मेरी फैमिली वाले तो उन्होंने हर चीज़ की, हर दशहरा कमेटी सारी ने पूछा गया है, तो मेरी फैमिली मेरे मदर नू मेरे फादर नू भी सारा कुछ उन्होंने पूछा, मतलब उन्होंने भी रजिस्टर्ड थे, उन्होंने टेस्टेड सी, तो उन्होंने करके सारा पूछा। नहीं रायकोट के नज़दीकी पिंड भैणी बड़िंगा विच वेरका दुध की सहकारी सभा के प्रधान राम सिंह वालों जहरीली वस्तु खा के खुदकुशी कर ली गई। इस संबंधी थाना रायकोट की पुलिस ने मृतक राम सिंह के पुत्र के बयान के आधार से सभा के सकत्र डायरैक्टर विरुद्ध मुकदमा दर्ज कर लिया है। पुलिस को दर्ज कराए अपने बयान में हरजोत सिंह ने दसाया कि उसके पिता वेरका दुध की सहकारी सभा के प्रधान सन, सुसायटी के सकत्र कुलविंदर सिंह डायरैक्टर जगतार सिंह ने मिलकर सभा के पैसों का कपला कर लिया। इस मगरों दोवें उसके पिता को पैसे पूरे करने लिए कह रहे सन, पैसे पूरे न करने की हालत में जमीन जब्त करने की धमकी देते सन। उसने दसाया कि इस तो तंग आके उसके पिता ने जहरीली दवाई निगल के खुदकुशी कर ली। मध्य प्रदेश के मुख्यमंत्री शिवराज सिंह चौहान के बेटे का नाम पनामा पेपर्स विच लैण के मामले विच कांग्रेस प्रधान राहुल गांधी चारों पासे घिर गए हैं। इस मामले विच शिवराज के बेटे ने राहुल गांधी से मानहानि का मामला दर्ज करवाया है। राहुल गांधी वालों पनामा पेपर्स वाली कही गल ते टिप्पणी करते हुए शिवराज चौहान ने कहा कि जेकर कोई हेठले पद्धर का आगू इस तरह का दोष लगाता तो गल होर सी, पर कांग्रेस प्रधान वालों इस तरह का दोष लगाया जाना मंदभागा है। उन्होंने कहा कि वह मानहानि का मुकदमा करेंगे, जेकर वह मुआफ़ी मांग लेंदे हन इस ते विचार कीता जा सकता है। पूरी कांग्रेस पार्टी कंफ्यूज है, राहुल गांधी कंफ्यूज है, यहाँ प्रदेश के कार्यकर्ता कंफ्यूज हैं कि उनका नेता कौन है, नेता कंफ्यूज हैं कि टिकट किसको देनी है, और मैं उनको जिम्मेदार नहीं ठहराता, पूरी कांग्रेस पार्टी ही कंफ्यूज है। जहाँ तक उनके आरोप का सवाल है, ये पूरी तरह बेबुनियाद है, ये उन्होंने खुद माना है, लेकिन ये भरे सार्वजनिक मंच से उन्होंने मेरे और मेरे परिवार की आलोचना की है, कड़े आरोप लगाए हैं, इसके लिए जो भी सही कानूनी कार्रवाई होगी हम वो करेंगे, कोर्ट तक जाएंगे। उन्होंने ट्विटर पे पोस्ट भी डाली है कि मेरे से गलती हुई है, मैं माफ़ी मांगता हूँ, इसके बाद आपकी क्या प्रतिक्रिया? मुझसे गलती हुई है लेकिन माफ़ी अभी तक उन्होंने नहीं मांगी है। इटली के प्रधानमंत्री जुजेब कोंते ने नवी दिल्ली विच प्रधानमंत्री नरेंद्र मोदी नाल मुलाकात की थी। दोवां आगुआं ने व्यापार, सिक्ख्या, एयरोस्पेस, सेहत ते निवेश वर्गे कई महत्वपूर्ण खेत्रां विच सहयोग नूं बढ़ावा देण ते चर्चा की थी। जुजेब कोंते भारत इटली तकनीकी सिखर सम्मेलन विच हिस्सा लैण लई भारत आए हन। छत्तीसगढ़ के दांतेवाड़ा के अरनानपुर विच नक्सलियों ने दूरदर्शन की टीम से हमला कर दिया। इस हमले विच दूरदर्शन के कैमरामैन की मौत हो गई। कैमरामैन की मौत से राजमंत्री राजवर्धन सिंह राठौर ने दुख का प्रगटावा करदिया कहा कि वह कैमरामैन के परिवार के नाल खड़े हैं, उन्होंने वालों उसके परिवार की देखभाल की जाएगी। इस राठौर ने कहा कि वह मीडिया कर्मचारियों सलाम करते हैं जिहड़े अजे ही गंभीर हालात में रिपोर्टिंग करते हैं। इस हमले में दो सुरक्षा कर्मचारियों के मारे दूरदर्शन के जो कैमरामैन है उनके ऊपर जो हमला हुआ है, उनके उसमें जान गई है, उनके परिवार के साथ हम सभी आज खड़े हैं। इस मुश्किल वक्त पर हम उनके परिवार का पूरा ख्याल रखेंगे, और साथ ही जितने भी मीडिया कर्मी हैं और जितने भी लोग जो ऐसे ही खतरनाक जगहों पर जहाँ जाते हैं उसको कवर करते हैं, मैं आज उनको याद करता हूं और उनके उनके शौर्य को याद करता हूं कि वो वहां जाकर देश भर को वहां की इतला देते हैं।
ਭਾਰਤ ਦੀ ਉੱਗੀ ਮਹਿਲਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਦੇ ਘਰ ਬੇਟੇ ਨੇ ਜਨਮ ਲਿਆ ਏ। ਪਿਤਾ ਬਣੇ ਸ਼ੋਇਬ ਮਲਿਕ ਨੇ ਟਵਿੱਟਰ 'ਤੇ ਇਸ ਦੀ ਜਾਣਕਾਰੀ ਦਿੱਤੀ। ਜਿਵੇਂ ਸ਼ੋਇਬ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ, ਹਰ ਪਾਸੇ ਤੋਂ ਦੋਨਾਂ ਨੂੰ ਵਧਾਈਆਂ ਮਿਲਣ ਲੱਗ ਗਈਆਂ। ਬਾਲੀਵੁੱਡ ਦੀ ਫੇਮਸ ਕੋਰੀਓਗ੍ਰਾਫਰ ਫਰਾ ਖਾਨ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਸਾਨੀਆ ਮਿਰਜ਼ਾ ਨੂੰ ਵਧਾਈ ਦਿੱਤੀ। ਅਤੇ ਇਸ ਦੇ ਨਾਲ ਹੀ ਅਚੀਤ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।